ਲੋ ਦੋਸਤੋ ਅੱਜ ਤੁਹਾਨੂੰ ਦਬੰਗ ਦੇ ਬਾਰੇ ਵਿੱਚ ਦੱਸਦਾ ਹਾਂ ਜੀ। ਇਹ ਐਂਡ ਜਿਹੜੇ ਆ ਨਾ ਜੀ ਜਿਵੇਂ ਬਾਕੀ ਅੰਦਰ ਹੀ ਪਏ ਆ। ਅੱਛਾ ਮੈਂ ਦੱਸਿਆ ਇਹ ਦੇਖ ਸਕਦੇ ਆ ਜੀ ਦੋਸਤੋ ਐਂਡ ਇਹ ਐਂਡ ਜਿਹੜੇ ਆ ਘੱਟ ਤੋਂ ਘੱਟ ਵੀ ਮੈਂ 6ਵੀਂ ਤੋਂ 7ਵੀਂ ਦਫਾ ਇਹਦੇ ਚੇਂਜ ਕਰ ਹਟਿਆ ਵਾਂ। ਕਿੰਨੀ ਦਫਾ? 6ਵੀਂ ਤੋਂ 7ਵੀਂ ਦਫਾ। ਔਰ ਇਹਨਾਂ ਦੇ ਅੰਦਰ ਗਰੀਸ ਵੀ ਪਾਉਂਦੇ ਰਹੀਦਾ ਵਾ। ਇਹ ਜਿਹੜੇ ਐਂਡ ਹੈ ਇਹ ਮੇਰਾ ਖਿਆਲ ਹੈ 1 ਹਫਤਾ ਹੋਇਆ ਇਹਨਾਂ ਨੂੰ ਪਾਇਆ ਨੂੰ ਤਾਂ ਐਂਡ ਫਿਰ ਜਿਹੜੇ ਉਹ ਖਰਾਬ ਹੋ ਗਏ ਆ। ਐਂਡ ਫਿਰ ਖੋਲ ਲਏ ਆ। ਠੀਕ ਹੈ ਜੀ। ਹੁਣ ਕੰਪਨੀ ਦੇ ਨਾਲ ਰਾਬਤਾ ਹੋਇਆ ਸੀਗਾ ਜੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਸਪੈਸ਼ਲ ਐਂਡ ਜਿਹੜੇ ਨਾ ਉਹ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ। ਠੀਕ ਹੈ ਜੀ। ਜਿਹੜੇ ਕਿ ਇੱਕ ਤੋਂ ਉਹਨਾਂ ਦੀ ਟੈਸਟਿੰਗ ਹੋ ਜਾਏਗੀ, ਪਤਾ ਲੱਗ ਜਾਏਗਾ ਕਿ ਅਗਰ ਉਹ ਠੀਕ ਹੋਣਗੇ ਤਾਂ ਆਇੰਦਾ ਜਿਹੜੇ ਦਬੰਗ ਨੂੰ ਉਹੀ ਲੱਗ ਕੇ ਆਇਆ ਕਰਨਗੇ ਜੀ। ਠੀਕ ਹੈ ਜੀ। ਉਹ ਕੰਪਨੀ ਦੇ ਆਪਣੇ ਹੈ ਆਤਫ ਸਾਹਿਬ, ਉਹ ਇਨਸ਼ਾਅੱਲਾ ਤਾਲਾ ਉਹ ਲੈ ਕੇ ਆਣਗੇ, ਉਹ ਦੋਸਤਾਂ ਨੂੰ ਦਿਖਾਵਾਂਗੇ ਵੀ। ਉਮੀਦ ਕਰਦੇ ਆ ਕਿ ਉਹ ਅੱਛੀ ਚੀਜ਼ ਹੋਏਗੀ ਜਿਹੜੀ ਉਹਨੇ ਤਿਆਰ ਕਰਵਾਈ ਹੈ ਹੁਣ। ਠੀਕ ਹੈ ਜੀ। ਉਹ ਐਂਡ ਇਹਨਾਂ ਨੂੰ ਕੱਸ ਕੇ ਚੈੱਕ ਕਰਾਂਗੇ ਤੇ ਫਿਰ ਬਾਕੀ ਮਜ਼ੀਦ ਜਿਹੜਾ ਹੋਇਆ ਐਂਡਾਂ ਦੇ ਬਾਰੇ ਚ ਕੰਪਨੀ ਨੂੰ ਵੀ ਉਹਦੇ ਬਾਰੇ ਚ ਮਾਲੂਮਾਤ ਦੇਵਾਂਗੇ ਔਰ ਦੋਸਤਾਂ ਨੂੰ ਵੀ ਦੇਵਾਂਗੇ। ਫਿਲਹਾਲ ਇਹ ਐਂਡ ਜਿਹੜੇ ਹੈ ਨਾ ਜੀ ਇਹ ਬਿਲਕੁਲ ਬੇਕਾਰ ਐਂਡ ਵਾ। ਠੀਕ ਹੈ ਜੀ। ਇਹ ਚੌਥੀ ਪੰਜਵੀਂ ਦਫਾ ਜਿਹੜੇ ਚੇਂਜ ਕਰ ਚੁੱਕਿਆ ਮੈਂ। ਠੀਕ ਹੈ ਜੀ। ਇਹਨੂੰ ਕਦੀ ਕਿਤੇ ਫ੍ਰੀ ਹੋ ਜਾਂਦਾ ਵਾ। ਇਹ ਦੇਖੋ ਇਹ ਤਾਂ ਖੁੱਲ ਗਿਆ। ਠੀਕ ਹੈ ਜੀ। ਆਹ ਦੇਖੋ ਕਿੰਨੀ ਪਲੇ ਇਹਨਾਂ ਦੇ ਅੰਦਰ ਹੋ ਜਾਂਦੀ ਹੈ। ਹਾਲਾਂਕਿ ਇਹਦੇ ਅੰਦਰ ਗਰੀਸ ਵੀ ਦੇਈਦੀ ਹੈ, ਸਾਰਾ ਸਿਸਟਮ ਕਰੀਦਾ ਵਾ, ਲੇਕਿਨ ਫਿਰ ਵੀ ਇਹ 6ਵੀਂ 7ਵੀਂ ਦਫਾ ਇਹਨੂੰ ਚੇਂਜ ਕਰ ਰਹੇ ਆ ਜੀ। ਹਾਂਜੀ ਠੀਕ ਹੋ ਗਿਆ ਜੀ। ਇਹ ਵੀ ਠੀਕ ਹੋ ਗਿਆ ਜੀ। ਇੱਧਰ ਜ਼ਬਰਦਸਤ ਹੋ ਗਿਆ ਜੀ। ਠੀਕ ਹੈ ਜੀ। ਇਹ ਦੋਸਤੋ ਐਂਡ ਜਿਹੜੇ ਆ ਇਹਦੇ ਜਦੋਂ ਦੁਬਾਰਾ ਹੁਣ ਆਉਣਗੇ ਉਹਦੇ ਬਾਰੇ 'ਚ ਵੀ ਦੋਸਤਾਂ ਨੂੰ ਮਾਲੂਮਾਤ ਦੇਵਾਂਗੇ। ਬਾਕੀ ਹੁਣ ਅਕਸਰ ਮੈਂ ਦੇਖਿਆ ਹੈਗਾ ਵਾ ਦੋਸਤ ਜਿਹੜੀਆਂ ਗੱਲਾਂ ਮੈਂ ਇਸ ਦਬੰਗ ਦੇ ਵਿੱਚ ਅੱਜ ਤੋਂ ਸਾਲ ਪਹਿਲੇ ਦੱਸ ਚੁੱਕਿਆ ਵਾਂ, ਯਾਨੀ ਕਿ ਅੱਜ ਤੋਂ 1 ਸਾਲ ਪਹਿਲੇ ਗੱਲਾਂ ਜਿਹੜੀਆਂ ਦਬੰਗ ਦੇ ਬਾਰੇ 'ਚ ਮੈਂ ਦੱਸ ਸਕਿਆ ਵਾਂ ਦੱਸੀਆਂ ਵਾਂ, ਉਹੀ ਗੱਲਾਂ ਜਿਹੜੀਆਂ ਵਾ ਹੁਣ ਉਹ ਦੋਸਤ ਕਈ ਦੱਸ ਰਹੇ ਹੈਗੇ ਆ। ਉਦੋਂ ਮੈਨੂੰ ਕਹਿ ਰਹੇ ਸੀਗੇ ਕਿ ਗਲਤ ਗੱਲ ਕਰ ਰਿਹਾ ਵਾ, ਗਲਤ ਦੱਸ ਰਿਹਾ ਦਬੰਗ ਦੇ ਬਾਰੇ ਦੇ ਵਿੱਚ, ਲੇਕਿਨ ਹੁਣ ਉਹ ਖੁਦ ਆਪਦਾ ਦਬੰਗ ਲਿਆ ਕੇ ਵੀ ਉਹੀ ਚੀਜ਼ਾਂ ਦੱਸ ਰਹੇ ਆ ਜਿਹੜੀਆਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ। ਅਤੇ ਇਹਦੇ ਨਾਲ ਹੀ ਦੋਸਤਾਂ ਕੋਲ ਜ਼ਿਆਦਾ ਚਾਹੁੰਦੇ ਹਾਂ ਜੀ। ਅੱਲਾ ਹਾਫਿਜ਼ ਜੀ। ਚਲੋ ਅੱਡੇ 'ਤੇ ਜਾਣਾ ਪੈਣਾ।